ਸਤਿ ਸ਼੍ਰੀ ਅਕਾਲ ਜੀ, ਮੈਂ ਜ਼ੋਰਾਵਰ ਸਿੰਘ, ਦੀ ਫਿਊਜ਼ਨ ਵਰਲਡ ਟੂਰ ਐਂਡ ਟਰੈਵਲ ਤੋਂ ਅੱਜ ਤੁਹਾਨੂੰ ਛੋਟੀ ਜਿਹੀ ਇਨਫੋਰਮੇਸ਼ਨ ਇੱਕ ਸ਼ੈਨਗਨ ਵੀਜ਼ੇ ਬਾਰੇ ਦੇਣਾ ਚਾਹਾਂਗਾ, ਕਿਉਂਕਿ ਮੈਨੂੰ ਕਾਫੀ ਵਾਰ ਕਈਆਂ ਨੇ ਪੁੱਛਿਆ ਵੀ ਸਾਡੇ ਕੋਲ ਟਰੈਵਲ ਹਿਸਟਰੀ ਨਹੀਂ ਹੈ ਜਾਂ ਸਾਡੇ ਫੰਡਸ ਘੱਟ ਹੈ ਕਿ ਅਸੀਂ ਯੂਰੋਪ ਟਰੈਵਲ ਕਰ ਸਕਦੇ ਹਾਂ। ਇਸ ਕਰਕੇ ਮੈਂ ਅੱਜ ਸੋਚਿਆ ਤੁਹਾਡੇ ਨਾਲ ਥੋੜ੍ਹਾ ਜਿਹਾ ਆਪਣਾ ਵਿਚਾਰ ਸਾਂਝੇ ਕਰਾਂ ਇਸ ਬਾਰੇ 'ਚ। ਅਤੇ ਪਹਿਲੀ ਗੱਲ ਤਾਂ ਆ ਜਾਂਦੀ ਹੈ ਜੀ, ਜੇ ਤੁਹਾਡੀ ਟਰੈਵਲ ਹਿਸਟਰੀ ਹੈਗੀ ਹੈ ਤਾਂ ਵੈਲ ਐਂਡ ਗੁੱਡ ਹੈ, ਪਰ ਜੇ ਤੁਹਾਡੀ ਟਰੈਵਲ ਹਿਸਟਰੀ ਨਹੀਂ ਵੀ ਹੈਗੀ, ਮਤਲਬ ਕਿ ਤੁਸੀਂ ਕੋਈ ਹੋਰ ਕੰਟਰੀ ਜਿਵੇਂ ਦੁਬਈ, ਸਿੰਗਾਪੁਰ, ਮਲੇਸ਼ੀਆ ਇਹਨਾਂ 'ਚ ਨਹੀਂ ਟਰੈਵਲ ਹੈਗੇ, ਤਾਂ ਤੁਸੀਂ ਸ਼ੈਨਗਨ ਵੀਜ਼ਾ ਜ਼ਰੂਰ ਅਪਲਾਈ ਕਰ ਸਕਦੇ ਹੋ। ਇਹ ਕੋਈ ਬੜੀ ਪ੍ਰੋਬਲਮ ਨਹੀਂ ਹੈ, ਡਾਇਰੈਕਟ ਵੀ ਤੁਹਾਨੂੰ ਮਿਲਦਾ ਹੈ। ਇਹਦੇ ਲਈ ਕੋਈ ਜ਼ਰੂਰੀ ਨਹੀਂ ਹੈ ਵੀ ਤੁਹਾਡੇ ਕੋਲ ਟਰੈਵਲ ਹਿਸਟਰੀ ਹੋਣੀ ਜ਼ਰੂਰੀ ਹੈ। ਇਹਦੇ ਬਾਰੇ 'ਚ ਮੈਂ ਆਪਣੀਆਂ ਪਹਿਲਾਂ ਵੀ ਇੱਕ ਦੋ ਵੀਡੀਓਆਂ ਆਪਣਾ ਚੈਨਲ ਵਲੋਗਿੰਗ ਜ਼ੋਰਾ 'ਤੇ ਪਾ ਰੱਖੀਆਂ ਹੈ। ਅਤੇ ਦੂਜੀ ਗੱਲ ਜਿਹੜਾ ਹੈ ਮੇਨ ਮੁੱਦਾ ਵੀ ਤੁਸੀਂ ਸ਼ੈਨਗਨ ਵੀਜ਼ਾ ਕਿਵੇਂ ਲੈਣਾ, ਇਹ ਤੁਹਾਡਾ ਸਭ ਤੋਂ ਪਹਿਲਾਂ ਤਾਂ ਇੱਕ ਕੰਟਰੀ ਡਿਸਾਈਡ ਹੋਣੀ ਚਾਹੀਦੀ ਹੈ ਵੀ ਤੁਸੀਂ ਅਪਲਾਈ ਕਿਹੜੀ ਕੰਟਰੀ ਤੋਂ ਕਰਨਾ ਹੈ, ਕਿਉਂਕਿ ਮੇਰਾ ਜਿਹੜਾ ਤਜਰਬਾ ਹੁਣ ਤੱਕ ਦਾ ਹੈ, ਤੁਸੀਂ ਉਸ ਕੰਟਰੀ ਤੋਂ ਅਪਲਾਈ ਕਰੋ ਜਿਹੜੀ ਕੰਟਰੀ ਚਾਹੁੰਦੀ ਹੈ ਸਾਡੇ ਇੱਥੇ ਵੱਧ ਤੋਂ ਵੱਧ ਟੂਰਿਜ਼ਮ ਹੋਵੇ, ਜਿਹੜੀ ਚਾਹੁੰਦੀ ਹੈ ਵੀ ਇੱਥੇ ਸਾਡੇ ਟੂਰਿਸਟ ਆਉਣ। ਹੁਣ ਕਈ ਕੰਟਰੀਆਂ ਹੈ ਉਹਨਾਂ ਦਾ ਮੈਂ ਦੇਖਿਆ ਉਹਨਾਂ ਨੂੰ ਕੋਈ ਬਾਲਾ ਹੈ ਨਹੀਂ ਵੀ ਟੂਰਿਸਟ ਦਾ, ਉਹ ਫਿਰ ਵੀਜ਼ਾ ਰਿਜੈਕਟ ਵੀ ਕਰ ਦਿੰਦੇ ਹੈ। ਇਸ 'ਚ ਸਭ ਤੋਂ ਟੋਪ ਲੈਵਲ 'ਤੇ ਮੈਂ ਕਹੂੰਗਾ ਤੁਹਾਨੂੰ ਸਵਿਜ਼ਰਲੈਂਡ। ਸਵਿਜ਼ਰਲੈਂਡ ਤੋਂ ਮੈਂ ਅੱਜ ਤੱਕ ਜਿੰਨੀਆਂ ਵੀ ਫਾਈਲਾਂ ਅਪਲਾਈ ਕੀਤੀਆਂ ਨੇ ਆਲਮੋਸਟ ਮੇਰਾ 100% ਵੀਜ਼ਾ ਲੱਗ ਗਿਆ ਹੈ। ਕਦੇ ਮੇਰਾ ਐਂ ਨਹੀਂ ਹੋਇਆ ਵੀ ਕਦੇ ਕੋਈ ਰਿਫਿਊਜ਼ ਹੋਇਆ ਹੋਵੇ। ਫਸਟ ਪ੍ਰੈਫਰੈਂਸ ਮੈਂ ਦਿੰਦਾ ਸਵਿਜ਼ਰਲੈਂਡ ਨੂੰ। ਇਹ ਤੁਹਾਡਾ ਡਿਪੈਂਡ ਵੀ ਕਰਦਾ ਤੁਸੀਂ ਜਾ ਕਿਵੇਂ ਰਹੇ ਹੋ, ਤੁਸੀਂ ਫੈਮਿਲੀ ਨਾਲ ਜਾ ਰਹੇ ਹੋ, ਤੁਸੀਂ ਬੱਚਿਆਂ ਨਾਲ, ਮਦਰ ਫਾਦਰ ਨਾਲ, ਜਾਂ ਤੁਸੀਂ ਯਾਰ ਦੋਸਤੋ। ਫਿਰ ਇਹ ਵੀ ਇੱਕ ਬਹੁਤ ਮਾਇਨੇ ਰੱਖਦੀ ਗੱਲ, ਜੇ ਤੁਸੀਂ ਕਪਲ ਹੋ, ਮੰਨ ਲਓ ਨਿਊ ਮੈਰਿਡ ਹੋ ਜਾਂ ਕਪਲ ਹੋ, ਹਸਬੈਂਡ ਵਾਈਫ ਹੋ ਦੋਨੋਂ, ਫਿਰ ਤੁਸੀਂ ਫਰਾਂਸ ਤੋਂ ਵੀ ਅਪਲਾਈ ਕਰ ਸਕਦੇ ਹੋ। ਫਰਾਂਸ ਦਾ ਵੀ ਬਹੁਤ ਅੱਛਾ ਰਿਸਪੋਂਸ ਹੈ। ਇੱਕ ਮੇਨ ਗੱਲ ਜਿਹੜੀ ਕੰਟਰੀਆਂ ਦੇ ਮੈਂ ਨਾਮ ਲਵਾਂਗਾ ਪਹਿਲਾਂ ਇਹ ਕੰਟਰੀਆਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਜਿਹੜੇ ਅਪੁਆਇੰਟਮੈਂਟ ਦੇ ਸਲੋਟ ਹੈ ਉਹ ਅਵੇਲੇਬਲ ਰਹਿੰਦੇ ਹੈ। ਤੁਸੀਂ ਪੂਰਾ ਸਾਲ ਕਿਸ ਸਮੇਂ ਵੀ ਆਪਣਾ ਪ੍ਰੋਗਰਾਮ ਬਣਾ ਕੇ ਅਪੁਆਇੰਟਮੈਂਟ ਚੱਕੋ ਅਤੇ ਜਾ ਕੇ ਆਪਣਾ ਫੋਰਮ ਜਾਂ ਆਪਣਾ ਜਿਹੜਾ ਸਾਰਾ ਕੁਛ ਵੀਜ਼ਾ ਪ੍ਰੋਸੈਸ ਉੱਤੇ ਦਿਓ, ਤਾਂ ਤੁਹਾਡਾ ਵੀਜ਼ਾ ਜਿਹੜਾ ਹੈ ਵਿਦ ਇਨ 5 ਤੋਂ 7 ਦਿਨ ਦੇ ਅੰਦਰ ਲੱਗ ਕੇ ਆ ਜਾਂਦਾ। ਇਹਨਾਂ ਦਾ ਵੀਜ਼ਾ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਉਹ ਵੀ ਬਹੁਤ ਘੱਟ ਹੈ ਜਿਹੜੀ ਕੰਟਰੀਆਂ ਦੇ ਮੈਂ ਹੁਣ ਨਾਮ ਲਵਾਂਗਾ। ਅਤੇ ਗੱਲ ਕਰਦੇ ਸੀ ਆਪਾਂ ਫਰਾਂਸ ਦੀ, ਫਰਾਂਸ ਦੇ ਵਿੱਚ ਘੁੰਮਣ ਨੂੰ ਜਗ੍ਹਾ ਪੈਰਿਸ ਬਹੁਤ ਹੀ ਵਧੀਆ ਜਗ੍ਹਾ ਹੈ, ਬਹੁਤ ਅੱਛੀ ਜਗ੍ਹਾ ਹੈ, ਸਿਟੀ ਆਫ ਲਵ ਵੀ ਕਿਹਾ ਜਾਂਦਾ ਹੈ, ਸਿਟੀ ਆਫ ਲਾਈਟਸ ਵੀ ਕਿਹਾ ਜਾਂਦਾ ਹੈ। ਤੁਸੀਂ ਉੱਥੋਂ ਅਪਲਾਈ ਕਰੋ, ਜੇ ਤੁਸੀਂ ਕਪਲ ਹੋ ਤਾਂ ਆਲਮੋਸਟ ਤੁਹਾਡਾ ਵੀਜ਼ਾ ਲੱਗ ਕੇ ਹੀ ਆਏਗਾ, ਬਾਕੀ ਡਿਪੈਂਡ ਕਰਦਾ ਤੁਹਾਡੀ ਆਈਟਨਰੀ 'ਤੇ, ਤੁਸੀਂ ਕਵਰ ਲੈਟਰ ਕਿਵੇਂ ਤਿਆਰ ਕਰਦੇ ਹੋ। ਇਸ ਬਾਰੇ ਤੁਸੀਂ ਮੇਰੀ ਸਲਾਹ ਵੀ ਲੈ ਸਕਦੇ ਹੋ, ਤੁਸੀਂ ਚਾਹੇ ਮੇਰਾ ਵਲੋਗਿੰਗ ਚੈਨਲ 'ਤੇ ਚੈੱਕ ਕਰ ਲਓ, ਜਿਹੜਾ ਮੈਂ ਇਹ ਆਪਣਾ ਯੂਟਿਊਬ 'ਤੇ ਚੈਨਲ ਹੈ ਵਲੋਗਿੰਗ ਜ਼ੋਰਾ ਨਾਮ 'ਤੇ, ਜਾਂ ਤੁਸੀਂ ਸਾਡਾ ਇੰਸਟਾਗ੍ਰਾਮ, ਫੇਸਬੁੱਕ ਪੇਜ ਫਿਊਜ਼ਨ ਵਰਲਡ ਟੂਰ ਐਂਡ ਟਰੈਵਲ ਦੇ ਨਾਮ ਤੋਂ ਹੈ, ਉੱਥੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਜਾ ਕੇ। ਅਤੇ ਉਸ ਤੋਂ ਅੱਗੇ ਮੈਂ ਤੁਹਾਨੂੰ ਤੀਜੀ ਗੱਲ ਕਰਦਾ, ਜੇ ਤੁਸੀਂ ਹੋ ਯਾਰ ਦੋਸਤ, ਮੰਨ ਲਓ ਤੁਸੀਂ 20 ਸਾਲ ਤੋਂ ਲੈ ਕੇ 30 ਸਾਲ ਦੀ ਉਮਰ ਦੇ ਵਿੱਚ ਪਿੱਛੋਂ ਤੁਸੀਂ ਘੁੰਮਣ ਚੱਲੇ ਹੋ, ਯੂਰੋਪ ਜਾਣਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਮੈਂ ਕੰਟਰੀ ਸੁਜੈਸਟ ਕਰਾਂਗਾ ਚੈੱਕ ਰਿਪਬਲਿਕ। ਤੁਸੀਂ ਚੈੱਕ ਰਿਪਬਲਿਕ ਤੋਂ ਅਪਲਾਈ ਕਰੋ। ਮੈਂ ਕਈ ਕੇਸ ਕੀਤੇ ਉੱਥੋਂ ਮੇਰਾ ਵੀਜ਼ਾ ਜਿਹੜਾ ਹੈ ਲੱਗ ਕੇ ਹੀ ਆਇਆ ਹੈ, ਕਿਉਂਕਿ ਪ੍ਰਾਗ ਬਹੁਤ ਵਧੀਆ ਜਗ੍ਹਾ ਘੁੰਮਣ ਲਈ, ਉੱਥੇ ਦੇਖਣ ਨੂੰ ਬਹੁਤ ਕੁਛ ਹੈ ਜੇ ਤੁਸੀਂ ਚਾਹੋ ਤਾਂ। ਅਤੇ ਉਹੀ ਡਿਪੈਂਡ ਕਰਦਾ, ਫਿਰ ਗੱਲ ਆ ਜਾਂਦੀ ਤੁਹਾਡੀ ਆਈਟਨਰੀ 'ਤੇ, ਤੁਸੀਂ ਆਈਟਨਰੀ 'ਚ ਕਿਵੇਂ ਤੁਸੀਂ ਬਣਾ ਰਹੇ ਹੋ। ਇਹ ਵੀਜ਼ਾ ਔਫੀਸਰ ਨੂੰ ਸਮਝ ਆਉਣਾ ਚਾਹੀਦਾ ਵੀ ਡੈਫੀਨੇਟਲੀ ਬੰਦੇ ਦਾ ਜਿੱਥੇ ਘੁੰਮਣ ਚੱਲਿਆ ਇਹਨੂੰ ਇਹਦੇ ਬਾਰੇ ਨੌਲੇਜ ਹੈ, ਇਹ ਕਾਫੀ ਕੁਝ ਜਾਣਦਾ ਹੈ, ਇਸ ਤਰੀਕੇ ਨਾਲ ਉਹਨੇ ਆਈਟਨਰੀ ਬਣਾਈ ਹੈ, ਇਸ ਤਰੀਕੇ ਨਾਲ ਕਵਰ ਲੈਟਰ, ਇਸ ਤਰੀਕੇ ਨਾਲ ਤੁਹਾਡੇ ਡਾਕੂਮੈਂਟ ਬੋਲਦੇ ਹੈ, ਤਾਂ ਫਿਰ ਤੁਹਾਡਾ ਵੀਜ਼ਾ
ਜਿਹੜਾ ਹੈ ਉਹ ਲੱਗ ਕੇ ਹੀ ਆ ਜਾਂਦਾ ਹੈ। ਬਾਕੀ ਕਈ ਵਾਰ ਹੁੰਦਾ ਬੈਡ ਲੱਗ ਕੇ ਵੀ ਨਹੀਂ ਲੱਗਿਆ ਹੋਵੇ, ਆਲਮੋਸਟ ਲੱਗਿਆ ਵਾ ਹੀ ਹੁੰਦਾ ਹੈ। ਅਤੇ ਨੋਰਵੇ ਵੀ ਅੱਛਾ ਹੈ, ਉਹਨਾਂ ਦਾ ਵੀ ਸੇਮ ਅਪੋਇੰਟਮੈਂਟ ਦੇ ਸਲੋਟ ਅਵੇਲੇਬਲ ਰਹਿੰਦੇ ਹੈ ਅਤੇ ਕਿਸੇ ਪ੍ਰੋਸੈਸਿੰਗ ਟਾਈਮ ਬਹੁਤ ਫਾਸਟ ਹੈ, ਤੁਸੀਂ ਪੂਰੇ ਸਾਲ 'ਚ ਕਿਸੇ ਟਾਈਮ ਵੀ ਇੱਥੋਂ ਦੀ ਅਪੋਇੰਟਮੈਂਟ ਚੱਕ ਕੇ ਅਪਲਾਈ ਕਰ ਸਕਦੇ ਹੋ। ਨੀਦਰਲੈਂਡਸ ਵੀ ਕਾਫੀ ਅੱਛਾ ਹੈ ਜੀ, ਅਤੇ ਮੇਨ ਤਾਂ ਸਪੇਨ ਵੀ ਆ ਜਾਂਦਾ ਹੈ, ਸਪੇਨ ਤੋਂ ਵੀ ਕਾਫੀ ਰਿਸਪੋਂਸ ਅੱਛਾ ਆਉਂਦਾ ਹੈ ਜਦੋਂ ਤੁਸੀਂ ਸਪੇਨ ਅੰਬੈਸੀ ਤੋਂ ਅਪਲਾਈ ਕਰਦੇ ਹੋ, ਤਾਂ ਬਹੁਤ ਅੱਛਾ ਉਹਨਾਂ ਦਾ ਵੀ ਰਿਜ਼ਲਟ ਫਾਸਟ ਹੈ ਅਤੇ ਵਿਦ ਇਨ ਉਹੀ 4 ਤੋਂ 5 ਦਿਨ। ਮੈਂ ਕਈ ਵਾਰ ਦੇਖਿਆ ਵੀ ਮੈਂ ਜਦੋਂ ਵੀ ਫਾਈਲ ਲਾਈ ਹੈ, ਸੋਮਵਾਰ ਨੂੰ ਮੰਨ ਲਓ ਡਾਕੂਮੈਂਟ ਉੱਥੇ ਜਮ੍ਹਾਂ ਕਰਾਏ ਹੈ, ਤਾਂ ਮੇਰੇ ਵੀਰਵਾਰ ਅਤੇ ਸ਼ੁੱਕਰਵਾਰ ਦੇ ਤੱਕ ਪਾਸਪੋਰਟ ਦੁਬਾਰੇ ਵੀਜ਼ਾ ਲਾ ਕੇ ਵਾਪਸ ਆ ਜਾਂਦੇ ਹੈ। ਵਿਦ ਇਨ 4 ਦਿਨ ਲੱਗਦੇ ਨੇ ਸਿਰਫ, ਪਹਿਲੇ ਦਿਨ ਮੈਸੇਜ ਆ ਜਾਂਦਾ ਵੀ ਦਿੱਲੀ ਅੰਬੈਸੀ ਫਾਰਵਰਡ ਕੀਤਾ ਚੰਡੀਗੜ੍ਹ ਤੋਂ, ਦੂਜੇ ਦਿਨ ਆਉਂਦਾ ਉੱਥੇ ਪਹੁੰਚ ਗਿਆ, ਤੀਜੇ ਦਿਨ ਰਿਟਰਨ ਹੋ ਗਿਆ, ਪੰਜਵੇਂ ਚੌਥੇ ਦਿਨ ਵਾਪਸ ਆ ਜਾਂਦਾ ਹੈ। ਅਤੇ ਹੁਣ ਗੱਲ ਕਰੀਏ ਦੂਜੀਆਂ ਕੰਟਰੀਆਂ ਦੀ, ਜਿਹੜੀਆਂ ਕੰਟਰੀਆਂ ਮੈਂ ਕਹੂੰਗਾ ਵੀ ਥੋੜ੍ਹਾ ਜਿਹਾ ਉਹਨਾਂ ਦਾ ਲੇਟ ਹੈ, ਇੱਕ ਤਾਂ ਪਹਿਲੀ ਗੱਲ ਤਾਂ ਅਪੋਇੰਟਮੈਂਟ ਬਹੁਤ ਲੇਟ ਮਿਲਦੀ ਹੈ। ਮੈਂ ਪਿੱਛੇ ਜੇ ਮੇਰੇ ਕੋਲ ਇਟਲੀ ਦਾ ਸੀਗੇ ਕੇਸ ਅਤੇ ਇਟਲੀ ਦੀ ਮੈਨੂੰ ਅਪੋਇੰਟਮੈਂਟ ਲੈਣ 'ਚ ਇਹੀ ਬੜਾ ਹੀ ਪ੍ਰੋਬਲਮ ਆਈ, ਬਟ ਨੋ ਡਾਊਟ ਚਲੋ ਮਿਲ ਜਾਂਦੀ ਹੈ। ਕਿ ਇਹਨਾਂ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਵੀਜ਼ੇ ਨੂੰ ਲੈ ਕੇ, ਉਹ ਵੀ ਬੜੇ ਦਿਨ ਲਾ ਦਿੰਦੇ ਹਾਂ ਇਹ, ਆਪਾਂ ਪਾਸਪੋਰਟ ਉਡੀਕਦੇ ਰਹਿੰਦੇ ਹਾਂ ਬਟ 15-15, 20 ਦਿਨ ਬਾਅਦ ਰਿਜ਼ਲਟ ਆਉਂਦਾ ਹੈ ਕਈ ਵਾਰ ਸਮ ਟਾਈਮ। ਇਹਦੇ ਵਿੱਚ ਜਰਮਨੀ ਆ ਗਿਆ, ਇਟਲੀ ਆ ਗਿਆ, ਈਵਨ ਕਿ ਬੈਲਜੀਅਮ ਵੀ ਕਹੂੰਗਾ ਮੈਂ, ਆਸਟਰੀਆ, ਇਹ ਕੰਟਰੀਆਂ, ਇਹਨਾਂ ਤੋਂ ਤੁਸੀਂ ਜੇ ਤੁਹਾਡੀ ਕੋਈ ਇਨਵੀਟੇਸ਼ਨ ਨਹੀਂ ਹੈ ਉੱਧਰੋਂ, ਮੰਨ ਲਓ ਤੁਹਾਡਾ ਕੋਈ ਰਿਸ਼ਤੇਦਾਰ ਆ ਉਹ ਨਹੀਂ ਹੈ, ਤੁਸੀਂ ਸਿਰਫ ਟੂਰਿਜ਼ਮ ਲਈ ਘੁੰਮਣ ਜਾਣਾ, ਫਿਰ ਤੁਸੀਂ ਇਹਨਾਂ ਨੂੰ ਥੋੜ੍ਹਾ ਜਿਹਾ ਅਵੋਇਡ ਕਰਕੇ ਤੁਸੀਂ ਜਿਹੜੀਆਂ ਪਹਿਲਾਂ ਮੈਂ ਕੰਟਰੀਆਂ ਦੇ ਨਾਮ ਲਏ ਉਹਨਾਂ ਤੋਂ ਤੁਸੀਂ ਅਪਲਾਈ ਕਰੋ। ਦੂਜੀ, ਤੁਸੀਂ ਮੈਨੂੰ ਕਿਸੇ ਟਾਈਮ ਵੀ ਕੰਸਲਟ ਕਰ ਸਕਦੇ ਹੋ, ਮੇਰੀ ਰਾਏ ਲੈ ਸਕਦੇ ਹੋ, ਕਿਸੇ ਟਾਈਮ ਵੀ ਕਾਲ ਕਰਕੇ ਚਾਹੇ ਤੁਸੀਂ ਵੀ ਪੁੱਛ ਸਕਦੇ ਹੋ ਮੈਨੂੰ। ਅਤੇ ਹੁਣ ਆ ਜਾਂਦੀ ਗੱਲ ਡਾਕੂਮੈਂਟ ਜਿਹੜੇ ਜਿਹੜੇ ਲੱਗਣੇ ਆ ਜੀ, ਸਭ ਤੋਂ ਪਹਿਲੇ ਨੰਬਰ 'ਤੇ ਆ ਜਾਂਦਾ ਪਾਸਪੋਰਟ, ਜਿਹਦੇ ਵਿੱਚ ਤੁਹਾਡੀ ਘੱਟੋ ਘੱਟ 6 ਮਹੀਨੇ ਲਈ ਵੈਲਿਡ ਹੋਵੇ ਅੱਗੇ, ਉਹ ਵੈਸੇ ਤਾਂ ਕੋਸ਼ਿਸ਼ ਕਰੋ ਵੀ ਸਾਲ ਲਈ ਉਹ ਹੋਵੇ, ਤਾਂ ਹੀ ਤੁਸੀਂ ਅਪਲਾਈ ਕਰੋ। ਦੂਜਾ ਆ ਜਾਂਦਾ ਜੀ ਤੁਹਾਡੀ ਫੋਟੋਗ੍ਰਾਫ, ਫੋਟੋਗ੍ਰਾਫ ਤੁਸੀਂ 3 ਨਾਲ ਲੈ ਕੇ ਜਾਣੀ ਹੈ, ਜਿਹਦੇ ਵਿੱਚ 80% ਤੁਹਾਡਾ ਫੇਸ ਦਿਖਦਾ ਹੋਵੇ, ਪਿੱਛੇ ਵਾਈਟ ਬੈਕਗਰਾਉਂਡ। ਉਹ ਤਾਂ ਕਿਸੇ ਵੀ ਤੁਸੀਂ ਜਾ ਕੇ ਸਟੂਡੀਓ ਤੋਂ ਖਿਚਾਉਂਦੇ, ਉਹਨਾਂ ਨੂੰ ਪਤਾ ਹੀ ਹੁੰਦਾ ਵੀ ਵੀਜ਼ਾ ਪ੍ਰੋਸੈਸ ਲਈ ਫੋਟੋਗ੍ਰਾਫ ਚਾਹੀਦੀ ਹੈ, 35x45 ਦੀ ਲੱਗਦੀ ਹੈ ਫੋਟੋ ਇਹ। ਅਤੇ ਤੀਜੇ ਨੰਬਰ 'ਤੇ ਆ ਜਾਂਦਾ ਜੀ ਵੀਜ਼ਾ ਫੋਰਮ, ਉਹ ਤੁਸੀਂ ਜਦੋਂ ਕਿਹੜੀ ਕੰਟਰੀ ਲਈ ਅਪਲਾਈ ਕਰਦੇ ਹੈ ਉਹਦੀ ਤੁਸੀਂ ਸਾਈਟ 'ਤੇ ਜਾਂਦੇ ਹੋ, ਉੱਥੇ ਡਾਊਨਲੋਡ ਹੋ ਜਾਂਦਾ ਹੈ, ਚਾਹੇ ਤਾਂ ਤੁਸੀਂ ਵਿੱਚੇ ਭਰ ਲਓ, ਉਹਨੂੰ ਭਰ ਕੇ ਤੁਸੀਂ ਉਹਦਾ ਪ੍ਰਿੰਟ ਕੱਢ ਕੇ ਨਾਲ ਲੈ ਕੇ ਜਾਣਾ ਹੁੰਦਾ ਹੈ। ਉਹਦੇ ਨਾਲ ਲੱਗਦਾ ਜੀ ਫਿਰ ਤੁਹਾਡਾ ਇੱਕ ਰਿਟਰਨ ਟਿਕਟ ਲੱਗਦੀ ਹੈ, ਆਈਟਨਰੀ ਲੱਗਦੀ ਹੈ, ਕਵਰ ਲੈਟਰ ਲੱਗਦਾ ਹੈ, ਰਿਟਰਨ ਟਿਕਟ ਹੋ ਜਾਂਦੀ, ਡੰਮੀ ਬਣ ਜਾਂਦੀ ਹੈ ਜੀ ਜਿਹਦੇ ਚੱਕੀ ਹੁੰਦਾ, ਥੋੜ੍ਹੇ ਜਿਹੇ ਤੁਸੀਂ ਟੋਕਨ ਮਨੀ ਦੇ ਕੇ ਆਪਣੀ ਟਿਕਟ ਬੁੱਕ ਕਰ ਦਿੰਦੇ ਹਾਂ ਵੀ ਜਿਹਦੇ ਤੁਹਾਡੀ ਫਲਾਈਟ ਹੁੰਦੀ ਹੈ, ਵੀ ਜਦੋਂ ਤੁਸੀਂ ਜਿਹੜੀ ਕੰਟਰੀ ਤੋਂ ਜਾਣਾ ਹੈ ਹਰ ਰਿਟਰਨ ਵਾਪਸ ਆਉਣਾ, ਰਿਟਰਨ ਫਲਾਈਟ ਜ਼ਰੂਰ ਚਾਹੀਦੀ ਹੈ ਉਹਦੇ ਲਈ। ਅਤੇ ਜ਼ਰੂਰੀ ਨਹੀਂ ਤੁਸੀਂ ਕਨਫਰਮ ਟਿਕਟ ਲਾਓ ਵੀ ਪੂਰੇ ਲੱਖਾਂ ਰੁਪਏ ਦੇ ਕੇ ਖਰੀਦੋ, ਬਟ ਇੱਕ ਡੰਮੀ ਟਿਕਟ ਲਾ ਕੇ ਤੁਸੀਂ ਆਪਣਾ ਵੀਜ਼ਾ ਪ੍ਰਾਪਤ ਕਰ ਸਕਦੇ ਹੋ, ਕੋਈ ਇਹਦੇ 'ਚ ਪ੍ਰੋਬਲਮ ਵਾਲੀ ਗੱਲ ਨਹੀਂ ਹੈ। ਅਕੋਮੋਡੇਸ਼ਨ ਲੱਗਦੀ ਹੈ, ਅਕੋਮੋਡੇਸ਼ਨ ਤੁਸੀਂ ਕਈ ਸਾਈਟਾਂ 'ਤੇ ਜਾ ਕੇ ਬੁੱਕ ਕਰ ਸਕਦੇ ਹੋ, ਵੱਖਰੀਆਂ ਦੇ ਵੱਖ ਵੱਖ ਰੇਟ ਹੈ। ਅਤੇ ਪੇ ਐਟ ਹੋਟਲ ਕਰਕੇ ਵੀ ਹੋ ਜਾਂਦੀਆਂ ਜੀ, ਪੇ ਐਟ ਲੇਟਰ ਵੀ, ਕਈ ਤਰੀਕੇ ਨਾਲ ਤੁਸੀਂ ਹਰੇਕ ਜਿੱਥੇ ਜਿੱਥੇ ਤੁਸੀਂ ਪਲੈਨ ਕੀਤਾ ਵੀ ਪਹਿਲੀ ਕੰਟਰੀ 'ਚ ਜਾਣਾ, ਦੂਜੀ 'ਚ। ਹਾਂ ਸੱਚ, ਮੇਨ ਗੱਲ ਜਿਹੜੀ ਆਪਾਂ ਕਹਿੰਦੇ ਸੀ ਵੀ ਮੰਨ ਲਓ ਸਵਿਟਜ਼ਰਲੈਂਡ ਤੋਂ ਅਪਲਾਈ ਕਰਨਾ ਹੈ ਜਾਂ ਤੁਸੀਂ ਫਰਾਂਸ ਤੋਂ ਕਰਨਾ ਹੈ, ਇਹ ਵੀ ਥੋੜ੍ਹਾ ਉਸ ਤਰੀਕੇ ਨਾਲ ਬਣਦਾ ਹੈ। ਤੁਸੀਂ ਮੰਨ ਲਓ ਹਫ਼ਤੇ ਲਈ ਜਾ ਰਹੇ ਹੋ ਤਾਂ ਤੁਸੀਂ 4 ਦਿਨ ਸਵਿਟਜ਼ਰਲੈਂਡ, 3 ਦਿਨ ਫਰਾਂਸ, ਤਾਂ ਤੁਸੀਂ ਸਵਿਟਜ਼ਰਲੈਂਡ ਤੋਂ ਅਪਲਾਈ ਕਰੋਗੇ ਕਿਉਂਕਿ ਤੁਹਾਡੇ 4 ਦਿਨ ਸਵਿਟਜ਼ਰਲੈਂਡ 'ਚ ਜਿਹੜੀ ਕੰਟਰੀ ਤੁਸੀਂ ਜ਼ਿਆਦਾ ਦਿਨ ਰੁਕ ਰਹੇ ਹੋ। ਪਰ ਕਈਆਂ 'ਚ ਮੈਂ 3-3 ਦਿਨ ਬਰਾਬਰ ਆਈਟਨਰੀ ਬਣਾਉਂਦੇ ਕਰਦਾ, ਮੰਨ ਲਓ 3 ਦਿਨ ਸਵਿਟਜ਼ਰਲੈਂਡ, 3 ਦਿਨ ਜਰਮਨੀ, 3 ਦਿਨ ਫਰਾਂਸ, ਤਾਂ ਤੁਸੀਂ ਤਿੰਨਾਂ 'ਚੋਂ ਕੋਈ ਵੀ ਕੰਟਰੀ ਚੂਜ਼ ਕਰ ਸਕਦੇ ਹੋ। ਜਰਮਨੀ ਨੂੰ ਥੋੜ੍ਹਾ ਜਿਹਾ ਪਿੱਛੇ ਰੱਖ ਕੇ ਤੁਸੀਂ ਸਵਿਟਜ਼ਰਲੈਂਡ ਜਾਂ ਫਰਾਂਸ ਨੂੰ ਅੱਗੇ ਰੱਖ ਕੇ ਉੱਥੋਂ ਅਪਲਾਈ ਕਰੋ।
ਫਸਟ ਐਂਟਰੀ ਤੁਹਾਡੀ ਉਸੇ ਕੰਟਰੀ 'ਚ ਹੋਏਗੀ ਜਿੱਥੋਂ ਤੁਸੀਂ ਅਪਲਾਈ ਕਰ ਰਹੇ ਹੈ। ਅੱਜ ਕੱਲ੍ਹ ਇਹ ਪ੍ਰੋਬਲਮ ਆ ਰਹੀ ਹੈ, ਪਹਿਲਾਂ ਪ੍ਰੋਬਲਮ ਨਹੀਂ ਸੀ, ਪਹਿਲਾਂ ਤੁਸੀਂ ਮੰਨ ਲਓ ਸਵਿਟਜ਼ਰਲੈਂਡ ਤੋਂ ਵੀਜ਼ਾ ਮਿਲਿਆ, ਤੁਸੀਂ ਪੈਰਿਸ ਵੀ ਉਤਰ ਸਕਦੇ ਸੀ, ਬਟ ਹੁਣ ਥੋੜ੍ਹਾ ਜਿਹਾ ਲੈ ਕੇ ਇਹਨਾਂ ਨੂੰ ਸਟ੍ਰਿਕਟ ਹੋਏ ਹਾਂ ਕਿਉਂਕਿ ਹੁੰਦੇ ਹੋਣੇ ਕਈ ਗੜਬੜਾਂ ਉੱਥੇ ਇਸ ਕਰਕੇ। ਬਟ ਹੁਣ ਮੈਂ ਤੁਹਾਨੂੰ ਇਹੀ ਸੁਜੈਸਟ ਕਰੂੰਗਾ, ਤੁਹਾਡਾ ਜਿਹੜੀ ਕੰਟਰੀ ਤੋਂ ਵੀਜ਼ਾ ਲੱਗਿਆ ਹੈ, ਫਸਟ ਐਂਟਰੀ ਤੁਹਾਡੀ ਉਸੇ ਕੰਟਰੀ 'ਚ ਹੋਵੇ, ਉਸੇ ਕੰਟਰੀ ਦੇ ਏਅਰਪੋਰਟ 'ਤੇ ਤੁਸੀਂ ਲੈਣ ਹੋਣੇ ਚਾਹੀਦੇ ਹੈ ਤਾਂ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ। ਇਸ ਕਰਕੇ ਹੁਣ ਡਾਕੂਮੈਂਟੇਸ਼ਨ ਦੁਬਾਰਾ ਆਉਂਦੇ ਹਾਂ, ਡਾਕੂਮੈਂਟ 'ਤੇ ਤੁਹਾਡਾ ਉਹਦੇ ਵਿੱਚ ਆ ਗਿਆ ਜੀ ਕਵਰ ਲੈਟਰ ਆ ਗਿਆ, ਆਈਟਨਰੀ ਹੁੰਦੀ ਹੈ ਪ੍ਰੋਪਰ, ਡੇ ਵਾਈਜ਼ ਡੇ ਬਣਾਈ ਵੀ ਇਸ ਦਿਨ ਮੈਂ ਇੱਥੇ ਜਾਣਾ, ਇਸ ਦਿਨ ਮੈਂ ਇੱਥੇ ਜਾਣਾ, ਇਸ ਦਿਨ ਮੈਂ ਇੱਥੇ ਜਾਣਾ, ਉਹ ਤੋਂ ਨੈਕਸਟ ਜਿਹੜਾ ਅਗਲੀ ਕੰਟਰੀ ਮੈਂ ਕਿਵੇਂ ਜਾਊਂਗਾ, ਇਹ ਸਾਰਾ ਲਿਖਿਆ ਹੋਇਆ ਹੁੰਦਾ ਹੈ ਆਈਟਨਰੀ, ਤਾਂ ਕਿ ਵੀਜ਼ਾ ਆਫੀਸਰ ਸੈਟੀਸਫਾਈਡ ਹੋ ਕੇ ਵੀਜ਼ਾ ਦੇ ਦੇਵੇ। ਉਸ ਤੋਂ ਨੈਕਸਟ ਆ ਜਾਂਦਾ ਜੀ ਤੁਹਾਡਾ ਬੈਂਕ ਬੈਲੈਂਸ, ਤੁਹਾਡੀ ਸਟੇਟਮੈਂਟ, ਤੁਹਾਡੇ ਅਕਾਊਂਟ 'ਚ ਕਿੰਨੇ ਪੈਸੇ ਹੈ, ਤੁਸੀਂ ਪਰ ਡੇ ਦੇ ਹਿਸਾਬ ਨਾਲ ਕਿੰਨੇ ਦਿਨ ਲਈ ਜਾ ਰਹੇ ਹੋ, ਤੁਸੀਂ ਇਕੱਲੇ ਜਾ ਰਹੇ ਹੋ, ਫੈਮਿਲੀ ਨਾਲ ਹੈ ਤਾਂ ਤੁਹਾਡਾ ਖਰਚਾ ਕਿੰਨਾ ਆ ਜਾਂਦਾ ਹੈ, ਇਹ ਵੀ ਇੱਕ ਬਹੁਤ ਮਾਇਨੇ ਰੱਖਦੀ ਚੀਜ਼ ਹੈ। ਨੈਕਸਟ 'ਤੇ ਆ ਜਾਂਦੀ ਆਈ ਟੀ ਆਰ ਤੁਹਾਡੀ, ਉਹ 2 ਸਾਲ ਦੀ ਵੀ ਲੱਗਦੀ, 3 ਸਾਲ ਦੀ ਵੀ ਲੱਗਦੀ ਹੈ, ਡਿਪੈਂਡ ਕਰਦਾ, 2 ਸਾਲ ਦੀ ਵੀ ਲਾ ਸਕਦੇ ਹੋ ਤਾਂ ਕੋਈ ਇਸ਼ੂ ਨਹੀਂ ਹੈ ਉਹਦਾ। ਉਸ ਤੋਂ ਅਗਲਾ ਫਿਰ ਆ ਜਾਂਦਾ ਜੀ ਜ਼ਰੂਰੀ ਟਰੈਵਲ ਇੰਸ਼ੋਰੈਂਸ, ਬਹੁਤ ਜ਼ਰੂਰੀ ਹੈ ਸ਼ੈਨਗਨ ਵੀਜ਼ੇ ਲਈ, ਤੁਹਾਡੇ ਕੋਲ ਟਰੈਵਲ ਇੰਸ਼ੋਰੈਂਸ ਹੋਣੀ ਚਾਹੀਦੀ ਹੈ। ਜਿੰਨੇ ਦਿਨ ਲਈ ਤੁਸੀਂ ਸ਼ੈਨਗਨ ਏਰੀਆ ਜਾ ਰਹੇ ਹੋ, ਤਾਂ ਤੁਹਾਡੀ ਸਟਾਰਟਿੰਗ ਤੋਂ ਲੈ ਕੇ ਜਦੋਂ ਤੁਹਾਡੀ ਵਾਪਸੀ ਹੈ ਉਸ ਟਾਈਮ ਤੱਕ ਟਰੈਵਲ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ, ਉਹ ਤੋਂ ਬਿਨਾਂ ਫਾਈਲ ਸਬਮਿਟ ਨਹੀਂ ਹੁੰਦੀ। ਬਾਕੀ ਤੁਸੀਂ ਫੈਮਿਲੀ 'ਚ ਹੋ ਤਾਂ ਤੁਸੀਂ ਆਪਣਾ ਮੈਰਿਜ ਸਰਟੀਫਿਕੇਟ ਲਗਾ ਸਕਦੇ ਹੋ, ਨਾਲ ਬੱਚਿਆਂ ਦੇ ਬਰਥ ਸਰਟੀਫਿਕੇਟ ਲੱਗ ਜਾਂਦੇ ਆ ਜੀ। ਹਾਂ, ਬੱਚਿਆਂ ਨੂੰ ਲੈ ਕੇ ਗੱਲ, ਬੱਚਾ ਤੁਹਾਡਾ ਜੇ 6 ਸਾਲ ਤੋਂ ਲੈ ਕੇ 12 ਸਾਲ ਤੱਕ ਹੈ ਤਾਂ ਉਹਦੀ ਫੀਸ ਅੱਧੀ ਲੱਗਦੀ ਹੈ, ਜੋ ਕਿ ਪਹਿਲਾਂ ਤਾਂ 72-73 ਸੌ ਰੁਪਇਆ ਸੀ ਅਤੇ ਬੱਚੇ ਦੀ ਅੱਧ 'ਚ ਹੋ ਕੇ ਉਹੀ 3600 ਬਣਦੀ ਹੈ, ਹੁਣ ਉਹ ਥੋੜ੍ਹੀ ਵਧਾ ਦਿੱਤੀ ਨਾ, ਹੁਣ 8000 ਦੇ ਕਰੀਬ ਚਲੇ ਗਈ ਹੈ, 8000-8200 ਹੋਈ, 4000 ਬੱਚੇ ਦੀ ਹੋ ਗਈ। ਜੇ 6 ਸਾਲ ਤੋਂ ਘੱਟ ਬੱਚਾ ਹੈ ਤਾਂ ਉਹਦੀ ਕੋਈ ਵੀਜ਼ਾ ਫੀਸ ਨਹੀਂ ਲੱਗਦੀ ਹੈ, ਅਤੇ ਨਾਲ ਬੱਚਿਆਂ ਦੇ ਆਈਡੀ ਕਾਰਡ ਉਹ ਵੀ ਲੱਗਦੇ ਹੈ ਸਕੂਲ ਦੇ, ਸਕੂਲ 'ਚ ਜਿੱਥੇ ਸਟੱਡੀ ਕਰਦੇ ਹਾਂ, ਈਵਨ ਕਿ ਸਕੂਲ ਦੇ ਪ੍ਰਿੰਸੀਪਲ ਵੱਲੋਂ ਲਿਖ ਕੇ ਦਿਆ ਜਾਂਦਾ ਵੀ ਬੱਚਾ NOC ਕਹਿੰਦੇ ਜਿਹਨੂੰ ਆਪਾਂ, ਵੀ ਜਾ ਸਕਦਾ ਘੁੰਮਣ ਲਈ, ਬਾਅਦ 'ਚੋਂ ਆ ਕੇ ਆਪਣੀ ਕਲਾਸਾਂ ਅਟੈਂਡ ਕਰੇਗਾ। ਇਹੀ ਸੇਮ ਪ੍ਰੋਸੈਸ ਜੇ ਤੁਸੀਂ ਕਿਸੇ ਕੰਪਨੀ ਇੰਪਲੋਏ ਹੋ ਤਾਂ ਤੁਹਾਨੂੰ ਉੱਥੋਂ NOC ਲੈਣੀ ਪੈਣੀ ਹੈ, ਇਹ ਵੀ ਜ਼ਰੂਰੀ ਹੈ ਵੀ ਤੁਹਾਡਾ ਲੈਟਰ ਹੈੱਡ 'ਤੇ ਲਿਖ ਕੇ ਦਿੰਦੇ ਆ ਉਹ ਵੀ ਸਾਡਾ ਇੰਪਲੋਏ ਹੈ, ਇਹ ਜਦੋਂ ਘੁੰਮਣ ਜਾਣਾ ਚਾਹੁੰਦਾ ਸਾਨੂੰ ਕੋਈ ਓਬਜੈਕਸ਼ਨ ਨਹੀਂ ਹੈ, ਅਤੇ ਇੰਨੀ ਤਰੀਕ ਨੂੰ ਦੁਬਾਰਾ ਆ ਕੇ ਜੁਆਇਨ ਕਰੇਗਾ। ਅਤੇ ਤੁਸੀਂ ਜੇ ਬਿਜ਼ਨਸ ਕਰਦੇ ਹੋ ਤੁਹਾਡੇ ਬਿਜ਼ਨਸ ਦੇ ਪਰੂਫ ਲੱਗੂਗੇ ਸਾਰੇ, ਇਹ ਇੱਕ ਫਾਈਲ ਸੋਲਿਡ ਬਣਾਉਣ ਲਈ ਹੁੰਦਾ ਹੈ ਤਾਂ ਕਿ ਤੁਹਾਡਾ ਰਿਜੈਕਸ਼ਨ ਨਾ ਹੋਵੇ, ਤੁਹਾਡਾ ਵੀਜ਼ਾ ਰਿਜੈਕਟ ਨਾ ਹੋਵੇ। ਇਸ ਕਰਕੇ ਹੀ ਅਸੀਂ ਤਾਂ ਆਪਣੇ ਥਰੂ ਬੜਾ ਬੈਸਟ ਕਰਦੇ ਹਾਂ, ਤੁਸੀਂ ਇੱਕ ਵਾਰ ਜਦੋਂ ਵੀ ਤੁਹਾਡਾ ਕਦੇ ਵਿਚਾਰ ਬਣੇ ਘੁੰਮਣ ਦਾ ਸ਼ੈਨਿੰਗਨ ਏਰੀਏ 'ਚ, ਤਾਂ ਤੁਸੀਂ ਸਾਨੂੰ ਇੱਕ ਵਾਰ ਜ਼ਰੂਰ ਕੰਸਲਟ ਕਰਿਓ। ਦੀ ਫਿਊਜ਼ਨ ਵਰਲਡ ਟੂਰ ਐਂਡ ਟਰੈਵਲ ਕਰਕੇ ਨਾਮ ਹੈ ਸਾਡਾ, ਮੋਹਾਲੀ 'ਚ ਔਫਿਸ ਹੈ ਆਪਣਾ, ਅਤੇ ਮੈਂ ਖੁਦ ਦੇਖਦਾ ਇਸ ਚੀਜ਼ ਨੂੰ, ਪ੍ਰੋਪਰ ਫਾਈਲਿੰਗ ਮੇਰੇ ਥਰੂ ਹੀ ਚੈੱਕ ਹੋ ਕੇ ਅੱਗੇ ਅਸੀਂ, ਚਾਹੇ ਹੋਰ ਕੰਟਰੀ ਦੀ ਵੀ ਹੈ, UK ਹੋ ਗਿਆ, ਕੈਨੇਡਾ ਹੋ ਗਿਆ, ਆਸਟ੍ਰੇਲੀਆ ਹੋ ਗਿਆ, ਨਿਊਜ਼ੀਲੈਂਡ ਹੋ ਗਿਆ, ਪ੍ਰੋਪਰ ਚੈੱਕ ਕਰਕੇ ਫਿਰ ਇਹ ਅਸੀਂ ਡਾਕੂਮੈਂਟ ਅਪਲੋਡ ਕਰਦੇ ਹਾਂ। ਇਹਦੇ 'ਚ ਤਾਂ ਚਲੋ ਡਾਕੂਮੈਂਟ ਅਪਲੋਡ ਨਹੀਂ ਕਰਨੇ, ਇਹਦੇ 'ਚ ਤੁਹਾਨੂੰ ਅਸੀਂ ਫਾਈਲ 'ਚ ਪਾ ਕੇ ਦੇ ਦਿੰਦੇ ਹਾਂ ਕਿ ਤੁਸੀਂ ਖੁਦ ਜਾ ਕੇ ਉੱਥੇ ਉਹ ਸਬਮਿਟ ਕਰਨੇ ਆ ਡਾਕੂਮੈਂਟ ਆਪਣੇ। ਬਾਕੀ ਤੁਸੀਂ ਸਾਡੇ ਫੇਸਬੁੱਕ ਇੰਸਟਾਗ੍ਰਾਮ ਪੇਜ 'ਤੇ ਜਾ ਕੇ ਚੈੱਕ ਕਰ ਸਕਦੇ ਹੋ ਸਾਡੇ ਟੂਰ ਪੈਕੇਜਿਸ, ਜਿਹੜੇ ਕਿ ਦੁਬਈ ਤੋਂ ਸਿੰਗਾਪੁਰ, ਮਲੇਸ਼ੀਆ, ਬਾਲੀ, ਥਾਈਲੈਂਡ ਦੇ ਬਹੁਤ ਹੀ ਘੱਟ ਰੇਟ ਦੇ ਵਿੱਚ, ਬਹੁਤ ਹੀ ਘੱਟ ਬਜਟ ਦੇ ਵਿੱਚ ਬਣਾਏ ਜਾਂਦੇ ਹੈ। ਇੱਕ ਵਾਰ ਤੁਸੀਂ ਜਾ ਕੇ ਜ਼ਰੂਰ ਚੈੱਕ ਕਰੋ ਉਹਨਾਂ ਨੂੰ। ਇੱਕ ਯੂਰੋਪ ਨੂੰ ਲੈ ਕੇ ਕਹਿੰਦੇ ਆ ਵੀ ਖਰਚਾ ਕਿੰਨਾ ਆਉਣਾ ਹੈ, ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਜੀ, ਤੁਹਾਡੇ ਹੱਥ 'ਚ ਹੁੰਦਾ ਹੈ। ਤੁਸੀਂ ਪ੍ਰੋਪਰ ਆਪਣੀ ਫਲਾਈਟ ਕਿਵੇਂ ਕਰਨੀ ਹੈ, ਤੁਸੀਂ ਉੱਥੇ ਰਹਿਣਾ ਸਹਿਣਾ ਕਿਵੇਂ ਹੈ, ਜ਼ਰੂਰੀ ਨਹੀਂ ਤੁਸੀਂ 4-5 ਸਟਾਰ ਹੋਟਲ ਲੈਣੇ, 3-star ਹੋਟਲ ਵੀ ਬੜੇ ਵਧੀਆ ਹੁੰਦੇ ਆ, ਉਹਨਾਂ 'ਚ ਰਹੋ, ਤੁਸੀਂ ਘੁੰਮਣੇ ਦਾ ਬੜਾ ਵਧੀਆ ਸਿਸਟਮ ਹੈ ਉੱਥੇ, ਉਹ ਮੈਂ ਆਪਣੀ ਜਿਹੜੀ ਸਾਰੀਆਂ ਵੀਡੀਓ ਪਾਉਂਦਾ ਉਹਦੇ 'ਚ ਸਾਰਾ ਕੁਝ ਦੱਸਦਾ ਮੈਂ ਵੀ ਪ੍ਰੋਪਰ ਤੁਸੀਂ ਘੱਟ ਰੇਟ ਦੇ ਵਿੱਚ ਕਿਵੇਂ ਉੱਥੇ ਘੁੰਮ ਸਕਦੇ ਹੋ।
ਜ਼ਰੂਰੀ ਤੁਸੀਂ ਜਾ ਕੇ ਉੱਥੇ ਟੈਕਸੀ 'ਤੇ ਘੁੰਮਣਾ ਹੈ। ਪਬਲਿਕ ਟਰਾਂਸਪੋਰਟ ਇੰਨੀ ਸਸਤੀ ਹੈ ਯੂਰੋਪ ਦੇ ਵਿੱਚ, ਤੁਸੀਂ ਪਰ ਡੇ ਦਾ ਪੂਰਾ ਪਾਸ ਬਣਾ ਲਓ ਜਿਹਦੇ ਵਿੱਚ ਤੁਸੀਂ ਫਿਰ ਤੁਹਾਡਾ ਇੰਕਲੂਡ ਟ੍ਰੈਮ, ਤੁਹਾਡੀ ਮੈਟਰੋ, ਬੱਸਾਂ, ਈਵਨ ਕਿ ਪਬਲਿਕ ਬੋਰਡ, ਜਿਹੜੀ ਪਬਲਿਕ ਟਰਾਂਸਪੋਰਟ ਬੋਰਡਸ ਹੁੰਦੀਆਂ ਉਹਨਾਂ 'ਤੇ ਵੀ ਤੁਸੀਂ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਇੱਕ ਵਾਰ ਜਿਹੜਾ ਤੁਸੀਂ ਪਾਸ ਬਣਵਾਇਆ ਵਾ ਹੁੰਦਾ ਉਹਦੇ ਥਰੂ ਕਿਸੇ ਟਾਈਮ ਵੀ ਟਰੈਵਲ ਕਰ ਸਕਦੇ ਹੋ, ਕੋਈ ਰੋਕ ਟੋਕ ਨਹੀਂ। 24 ਘੰਟੇ ਦਾ ਪਾਸ ਬਣਦਾ, 72 ਘੰਟੇ ਦਾ ਪਾਸ ਬਣਦਾ, ਵੱਖ ਵੱਖ ਕੰਟਰੀ ਦਾ ਆਪਣਾ ਹਿਸਾਬ ਕਿਤਾਬ ਹੈ। ਇਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਮੇਰੇ ਯੂਟਿਊਬ ਚੈਨਲ 'ਤੇ ਮਿਲ ਜਾਏਗੀ, ਵਲੋਗਿੰਗ ਜ਼ੋਰਾ ਕਰਕੇ ਨਾਮ ਹੈ, ਉੱਥੇ ਜ਼ਰੂਰ ਦੇਖਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਬਾਕੀ ਮਿਲਦੇ ਹਾਂ ਅਗਲੀ ਵੀਡੀਓ 'ਚ, ਬਹੁਤ ਜਲਦ ਬਣਾਵਾਂਗੇ ਕਿਸੇ ਹੋਰ ਟੋਪਿਕ ਨੂੰ ਲੈ ਕੇ। ਬਹੁਤ ਬਹੁਤ ਧੰਨਵਾਦ ਤੁਹਾਡਾ।